ਚੇਰੋ ਇਨਲਿਤ ਹਲੇ ਅਲਾਈਅੰਸ ਵਾਲਾ ਜਿਹੜਾ ਸਮਝੌਤਾ ਇੱਕ ਵਾਰੀ ਹੋ ਗਿਆ ਐਲਾਨ ਕੇ ਬਾਈ ਨਹੀਂ ਬਣਦੀ ਗੱਲ ਪਰ ਉਧਰੋਂ ਕਾਂਗਰਸ ਵਾਲਿਆਂ ਨੇ ਵੀ ਮੀਟਿੰਗ ਸਾਧ ਲਈ ਮਗਰੇ ਮਗਰੇ ਕਾਂਗਰਸ ਵਾਲਿਆਂ ਨੇ ਵੀ ਕਹਿਤਾ ਕਿ ਜ਼ਿਲ੍ਹਾ ਪ੍ਰਧਾਨਾਂ ਤੱਕ ਸਾਰੇ ਆ ਜਾਓ ਬਾਈ ਚੰਡੀਗੜ੍ਹ ਕਾ ਰੇ ਕੇ ਹਾਂ ਹੁਣ ਤਸਵੀਰ ਜਿਹੜੀ ਹੈ ਨਾ ਉਹ ਸਪਸ਼ਟ ਹੋ ਗਈ ਨਾ ਆਮ ਆਦਮੀ ਹਾਂ ਜੀ ਹੁਣ ਵਿਉਂਤਬੰਦੀ ਜਿਹੜੀ ਆ ਉਹ ਨਵੇਂ ਸਿਰੇ ਤੋਂ ਸਾਰੇ ਹੀ ਘੜਨਗੇ ਜੀ ਬਾਈ ਕੀ ਕੀਤਾ ਜਾ ਸਕਦਾ ਜੀ ਕਿਉਂਕਿ ਇਹ ਇੱਕ ਦੂਜੇ ਜ਼ਿਆਦਾਤਰ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਨੇ ਅਗੇਤੀ ਸੂਚੀ ਜਾਰੀ ਕਰ ਦਿੱਤੀ ਜੀ ਪਰ ਦੂਸਰੀਆਂ ਸਾਰੀਆਂ ਪਾਰਟੀਆਂ ਉਡੀਕ ਰਹੀਆਂ ਸੀਗੀਆਂ ਕਿ 22 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਸੀਗੀ ਸਾਰਿਆਂ ਨੂੰ ਲੱਗਾ ਕਿ ਅਕਾਲੀ ਉਸ ਦਿਨ ਐਲਾਨ ਕਰ ਦੇਣਗੇ ਹਾਂ ਨਾ ਹੋ ਜਾਏਗੀ ਪਰ ਅਕਾਲੀਆਂ ਨੇ ਆ ਕੇ ਜਿਸ ਤਰ੍ਹਾਂ ਗੱਲ ਕੀਤੀ ਤੇ ਉਹਦੇ ਤੋਂ ਸੰਕੇਤ ਮਿਲ ਗਏ ਸਨ ਕਿ ਇਹਨਾਂ ਦੀ ਗੱਲਬਾਤ ਟੁੱਟ ਗਈ ਆ ਜਿਸ ਤੋਂ ਬਾਅਦ ਆਪਾਂ ਵੀ ਤਕਰੀਬਨ ਤਕਰੀਬਨ ਕਨਫਰਮ ਸੀਗੇ ਕਿ ਇਹ ਗੱਠਜੋੜ ਪਰਦੇ ਦਾ ਤਾਂ ਬੇਸ਼ੱਕ ਹੋ ਜਾਏ ਵੋਟਾਂ ਟਰਾਂਸਫਰ ਕਰ ਦੇਣ ਕਿ ਪਿੰਡਾਂ ਚੋਂ ਬਈ ਤੁਸੀਂ ਸਾਨੂੰ ਉਹ ਥੋੜੀਆਂ ਬਹੁਤੀਆਂ ਸ਼ਹਿਰਾਂ ਵਾਲੀਆਂ ਅਸੀਂ ਤੁਹਾਨੂੰ ਪਵਾ ਦਿੰਨੇ ਆ ਇਸ ਤਰ੍ਹਾਂ ਦਾ ਗੱਠਜੋੜ ਤੇ ਭਾਵੇਂ ਹੋ ਜਾਵੇ ਇਸ ਤਰ੍ਹਾਂ ਦੀ ਸ਼ੇਪ ਲੈ ਜਾਵੇ ਪਰ ਸਿੱਧਾ ਖੁੱਲਮ ਖੁੱਲਾ ਉਹ ਨਾ ਖੁੱਲਮ ਖੁੱਲਾ ਪਿਆਰ ਕਰਨਗੇ ਉਹ ਖੁੱਲਮ ਖੁੱਲਾ ਪਿਆਰ ਨਹੀਂ ਹੋਣਾ ਇਹ ਸਾਫ਼ ਸਿਗਾ ਜੀ ਜੀ ਸ਼ਰੇਮ ਹੱਥ ਫੜ ਕੇ ਨਹੀਂ ਚੱਲ ਸਕਦਾ ਤੁਹਾਨੂੰ ਕਾਂਗਰਸੀ ਜਿਹੜੇ ਆ ਕਾਂਗਰਸੀ ਵੀ ਹੁਣ ਤੁਹਾਨੂੰ ਮੈਂ ਦੱਸੀ ਜਾਣਾ ਨਾ ਕਾਂਗਰਸ ਤੇ ਅਕਾਲੀ ਦਲ ਚ ਹੈ ਇੱਕ ਤੱਕ ਮਤੱਕ ਆਉਣਾ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦੂਸਰੇ ਨੰਬਰ ਤੇ ਕੌਣ ਤਿਆਰ ਖੜੇਗਾ ਤੁਹਾਨੂੰ ਯਾਦ ਹੈ ক্রিকেট ਦੇ ਵਿੱਚ ਇੱਕ ਵੱਖਰੀ ਕਿਸਮ ਦੀ ਫੀਲਡਿੰਗ ਜਾਦ ਹੋਈ ਆ ਹੁਣ ਹੁੰਦਾ ਕੀ ਆ ਆਮ ਤੌਰ ਤੇ ਕੀ ਹੁੰਦਾ ਕਿ ਇੱਕ ਇੱਕ ਫਿਲਡਰ ਹੁੰਦਾ ਹੈ ਅੱਜ ਕੱਲ ਫਿਲਡਰ ਬੜੇ ਫੁਰਤੀਲੇ ਨੇ ਉਹ ਗੇਂਦ ਬਾਉਂਡਰੀ ਤੋਂ ਬਾਹਰ ਹੁੰਦੀ ਹੈ ਹਵਾ 'ਚ ਉਛਲ ਕੇ ਉਹ ਅੰਦਰ ਨੂੰ ਸੁੱਟਦਾ ਤੇ ਅੰਦਰ ਨੂੰ ਸੁੱਟਦਾ ਤੇ ਦੂਜਾ ਮੌਜੂਦ ਹੁੰਦਾ ਹੈ ਯਾਨੀ ਦੋ ਖੜਾਰੀਆਂ ਦਾ ਇੱਕ ਸਾਂਝਾ ਕੈਚ ਹੋ ਜਾਂਦਾ ਹੈ ਇਸੇ ਤਰ੍ਹਾਂ ਹੁੰਦਾ ਕੀ ਹੈ ਕਿ ਕਈ ਵਾਰ ਫਿਲਡਰ ਲੱਗੇ ਹੁੰਦਾ ਇੱਕ ਬੰਦਾ ਕੈਚ ਕਰਦਾ ਉਹਦੇ ਤੋਂ ਛੁੱਟ ਜਾਂਦਾ ਤਾਂ ਦੂਜਾ ਝੁੱਪ ਲੈਂਦਾ ਨਾਲ ਦੀ ਨਾਲ ਕਿ ਹੁਣ ਦੂਜੇ ਨੰਬਰ ਤੇ ਉੱਥੇ ਜਿਹੜਾ ਪਹੁੰਚਣ ਵਾਲਾ ਨਾ ਉਹ ਰੌਲਾ ਇਹਨਾਂ ਦਾ ਕਿ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਤੇ ਫਿਰ ਉਸ ਤੋਂ ਬਾਅਦ ਸੱਤਾ ਦਾ ਸੁਪਨਾ ਤਾਂ ਕਾਂਗਰਸ ਨੂੰ ਵੀ ਪਤਾ ਹੈ ਕਿ ਜੇ ਅਕਾਲੀਆਂ ਨੇ ਰਫ਼ਤਾਰ ਫੜ ਲਈ ਨਾ ਮੁੜ ਕੇ ਨਾ ਢਾਹ ਨਹੀਂ ਦੇਣੀ ਇਹ ਗੱਡੀ ਜੇ ਇੱਕ ਵਾਰੀ ਦੌੜ ਪਈ ਨਾ جے ਪਿੰਡਾਂ ਵਾਲੇ ਇਹਨਾਂ ਦੇ ਕੈਡਰ ਦੇ ਉਹ ਬੰਦੇ ਜਿਹੜੇ ਆ ਦੁਬਾਰਾ ਚੜ੍ਹਨੇ ਸ਼ੁਰੂ ਹੋ ਗਏ ਫਿਰ ਇਹ ਗੱਡੀ ਨੇ ਮਤਲਬ ਕਿ ਫਿਰ ਫਰਾਰੀ ਬਣ ਜਾਣੀ ਹੈ ਜੀ ਜੀ ਇਸ ਕਰਕੇ ਇਸ ਤੋਂ ਪਹਿਲਾਂ ਅੱਗੇ ਅੱਗੇ ਲਾ ਕੇ ਤੇ ਆਪਦਾ ਪਿੰਡ ਅਗੇ ਚਲ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਤਾਂ ਇਧਰਲੇ ਪਾਸੇ ਮੈਂ 2-4 ਕਮੈਂਟ ਲੈ ਕੇ ਫਿਰ ਤੁਹਾਡੇ ਵੱਲ ਵਾਪਸ ਆਉਣਾ ਜੀ ਹਰ ਹਰਿੰਦਰ ਜੀ ਕਹਿੰਦੇ ਪਏ ਕਿ ਕਾਲੀ ਦਲ ਦਾ ਗੱਠ ਛੋੜਨਾ ਨਾ ਹੋਣਾ ਤੇ ਦੂਜਾ ਬਸਪਾ ਦਾ ਸਾਥ ਛੱਡ ਜਾਣਾ ਇਹਦੇ ਨਾਲ ਵੀ ਕਾਲੀਆਂ ਨੂੰ ਨੁਕਸਾਨ ਹੋਏਗਾ ਤੇ ਹਰ ਭਜਨ ਜੀ ਕਹਿੰਦੇ ਪਏ ਕਿ ਕਾਂਗਰਸ ਨਹੀਂ ਆਉਂਦੀ ਉੱਪਰਲੇ ਪਾਸੇ ਇੱਕ ਵੀਰ ਜਸਤਾਰ ਜੀ ਸੀ ਉਹ ਕਹਿੰਦੇ ਕਿ ਬਾਈ ਹੁਣ ਪਤਾ ਲੱਗੂ ਕੌਣ ਕਿਨੇ ਕੁ ਪਾਣੀ ਚ ਤੇ ਸੰਦੀਪ ਜੀ ਆ ਇਹ ਕਹਿੰਦੇ ਜੋ ਮਰਜੀ ਆ ਕਹਿੰਦੇ ਕਿ ਅਕਾਲੀ ਆ ਉਹ ਭਾਈਪਾ ਦੇ ਹੱਕ ਦੇ ਵਿੱਚ ਹੀ ਆ ਕਹਿੰਦੇ ਐਗਜ਼ਾਮਪਲ ਆਪਣੇ ਸਾਹਮਣੇ ਚੰਡੀਗੜ੍ਹ ਵਾਲੀ ਆ ਪਰ ਉੱਥੇ ਦਾ ਬਾਈ ਨਾ ਤਾਂ ਉਹਨਾਂ ਨੇ ਕਾਲੀਆਂ ਨੇ ਜਿਹੜਾ ਉਹ ਕਾਂਗਰਸ ਨਾਲ ਜਾਣਾ ਸੀ ਤੇ ਨਾ ਹੀ ਆ ਮਰ ਗਿਆ ਤਾਂ ਕਿ ਇਹਨਾਂ ਨੇ ਜੇ ਤੁਸੀਂ ਦੇਖੋਗੇ ਰਾਸ਼ਟਰਪਤੀ ਇਲੈਕਸ਼ਨ ਚ ਵੀ ਫੈਸਲਾ ਲਿਆ ਸੀ ਯਾਦ ਹੋਣਾ ਤੁਹਾਨੂੰ ਤਾਂ ਦੂਸਰੇ ਪਾਸੇ ਉਹ ਇਹ ਸੈਟਿੰਗ ਤੇ ਕਰਨਾ ਚਾਹੁੰਦੇ ਸੀਗੇ ਨਾ ਉਸ ਟਾਈਮ ਤਾਂ ਸੈਟਿੰਗ ਕਰਨਾ ਚਾਹੁੰਦੇ ਸੀ ਹੁਣ ਜੇ ਕੋਈ ਇਸ ਤਰ੍ਹਾਂ ਦੀ ਪਰਿਸਥਿਤੀ ਬਣਦੀ ਆ ਤਾਂ ਕੀ ਹੁਣ ਅਕਾਲੀ ਭੁਗਤਣ ਕੇ ਭਾਜਪਾ ਦੇ ਅਕ ਵਿਚ ਇਹ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਉੱਥੇ ਇਹ ਇੱਕ ਬਣਾ ਦਿੱਤਾ ਗਿਆ ਕਿ ਵੇਖੋ ਜੀ ਉੱਥੇ ਦਾ ਕਾਉਂਸਲਰ ਹੈ ਜਿਹੜਾ ਸਾਡਾ 7.5 ਲੱਖ ਕਾਉਂਸਲਰ ਉਹ ਆਪਦੀ ਮਰਜ਼ੀ ਕਰੇਗਾ ਜੀ ਹੁਣ ਮਰਜ਼ੀ ਬਾਹਰ ਦੀ ਬਾਹਰ ਕਹਿ ਦਿੱਤਾ ਇਹ ਆਪਾਂ ਨੂੰ ਥੋੜੀ ਪਤਾ ਹੋ ਸਕਦਾ ਫੋਨ ਕਰਕੇ ਕਿਹਾ ਗਿਆ ਹੋਵੇ ਕਿ ਮਰਜ਼ੀ ਇਸ ਤਰ੍ਹਾਂ ਕਰਨੀ ਹੈ ਤੁਹਾਡੀ ਮਰਜ਼ੀ ਦਾ ਮਾਲਕ ਵੀ ਕਈ ਵਾਰ ਹੋਰ ਹੁੰਦਾ ਨਾ ਮੁਖਤਾਰ ਕੋਈ ਹੋਰ ਹੁੰਦਾ ਮਰਜ਼ੀ ਤੁਹਾਡੀ ਵਜ੍ਹਾ ਦੀ ਹੈ ਕਿ ਇਹਦੀ ਮਰਜ਼ੀ ਆ ਪਰ ਉਸ ਮਰਜ਼ੀ ਦਾ ਮੁਖਤਾਰ ਮਾਲਕ ਕੋਈ ਹੋਰ ਹੁੰਦਾ ਹੈ ਤੇ ਇਹ ਰਾਜਨੀਤੀ ਆ ਜੀ ਇਸ ਰਾਜਨੀਤੀ ਦੇ ਵਿੱਚ ਬਹੁਤ ਕੁਝ ਆ ਬਹੁਤ ਕੁਝ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਵਾਲ ਕਾਲੀਆਂ ਵਾਸਤੇ ਅਜੇ ਖਤਮ ਨਹੀਂ ਹੋਏ ਸਵਾਲ ਹਲੇ ਚੱਲਣਗੇ ਹਾਲੇ ਵੀ ਨਰਾਜ਼ਗੀ ਜਿਹੜੀ ਆ ਉਹ ਰਹੇਗੀ ਪਰ ਹੌਲੀ ਹੌਲੀ ਸਮਾਂ ਬਦਲ ਜਾਂਦਾ ਹੁੰਦਾ ਹੈ ਜੀ ਇਹ ਸਮਾ ਬਦਲਣ ਦਾ ਇੰਤਜ਼ਾਰ ਕਰਦਾ ਹਰੇਕ ਵਿਅਕਤੀ ਕਰਦਾ ਹੈ ਜਿਹੜਾ ਸੰਕਟ ਚੋਵੇ ਹਰੇਕ ਸੰਗਠਨ ਕਰਦਾ ਹੈ ਬਾਕੀ ਦੇਖੋ ਅੱਗੇ ਕੀ ਬਣਦਾ ਜੀ ਜੀ ਗੁਰਵਿੰਦਰ ਜੀ ਕਹਿੰਦੇ ਕਿ ਚੰਗਾ ਸੰਕੇਤ ਆ ਕਾਲੀਆਂ ਦੇ ਲਈ ਗੱਠ ਜੋੜਨੀ ਹੋਇਆ ਬਾਈ ਤੇ ਚਲੋ ਕੋਈ ਗੱਲ ਨਹੀਂ ਹੈ ਵਸਪਾ ਵਾਲੀ ਇਹਨਾਂ ਨੇ ਬਹੁਤ ਗਲਤੀ ਕਰ ਲਈ ਆ ਜੀ ਉਹ ਵਸਪਾ ਵਾਲੀ ਗਲਤੀ ਕਰ ਲਈ ਕਿਉਂਕਿ ਇੱਕ ਦੋ ਸੀਟਾਂ ਤੇ ਤਾਂ ਵਸਪਾ ਨੇ ਬਹੁਤ ਤਗੜਾ ਕਹਿ ਲੋ ਕਿ ਕਮਾਲ ਕਰਨਾ ਸੀਗਾ ਨਹੀਂ ਫਿਰ ਉਹ ਦੋ ਬੇੜੀਆਂ ਚ ਚੱਲੇ ਨਹੀਂ ਸੀ ਨਾ ਚਲੋ ਭਾਰਜਤ ਆਪਣੀ ਥਾਂ ਤੇ ਹੁੰਦੀ ਹੈ ਇੱਕ ਦੋ ਸੀਟਾਂ ਪੰਜਾਬ ਦੀਆਂ ਜਿਹੜੀਆਂ ਸੀਗੀਆਂ ਨਾ ਉਹ ਉਹਨਾਂ ਨੇ ਪੂਰਾ ਮਤਲਬ ਕਿ ਖਿੱਚ ਦੇਣਾ ਸੀ ਕੰਮ ਉਹਦੇ ਤੇ ਉਹਨਾਂ ਨੇ ਕੀ ਕੀਤਾ ਹਾਂ ਦੋ ਬੇੜੀਆਂ ਵਾਲਾ ਜਿਹੜਾ ਮਸਲਾ ਬਿਲਕੁਲ ਤੁਹਾਡੀ ਗੱਲ ਸਹੀ ਆ ਦੋ ਥਾਂਾਂ ਤੇ ਝਾਕ ਜਿਹੜੀ ਹੋ ਰੱਖਣੀ ਨਹੀਂ ਚਾਹੀਦੀ ਕਦੇ ਨਹੀਂ ਰੱਖਣੀ ਚਾਹੀਦੀ ਇੱਕ ਥਾਂ ਤੇ ਇੱਕ ਵਿਲੇ ਟਿੱਕ ਕੇ ਕੰਮ ਕਰ ਲਓ ਬਸਪਾ ਵਾਲਿਆਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਕਿ ਉਧਰੋਂ ਤੇ ਸਾਡੇ ਨਾਲ ਆ ਹੁਣ ਜਿਵੇਂ ਉਹ ਲਾਹਵੀਰਾ ਕਹਿੰਦਾ ਸੀ ਨਾ ਘਰ ਵਾਲੀ ਕੋਲ ਜਾਵੇਂਗਾ ਮਹਿਬੂਬਾ ਰੁਸੇਗੀ ਤੇ ਮਹਿਬੂਬਾ ਕੋਲ ਆਵੇਂਗਾ ਤੇ ਤੇਰੀ ਇੱਜ਼ਤ ਖੁੱਸੇਗੀ ਜੀ ਉਹਨਾਂ ਨੇ ਵੇਖਿਆ ਵੀ ਇਹ ਤਾਂ ਇੱਕੋ ਵੇਲੇ ਦੋ ਥਾਈਂ ਚੱਲ ਰਿਹਾ ਚੱਕਰ ਫਿਰ ਉਹਨਾਂ ਨੇ ਮਤਲਬ ਕਿ ਦੇਖ ਲਿਆ ਸਾਹਿਬ ਗਥਾਬ ਕਿ ਇਹ ਜਾ ਰਹੇ ਨੇ ਭਾਜਪਾ ਵੀ ਆਪਾਂ ਉਦੋਂ ਪਹਿਲਾਂ ਹੀ ਵਿਚਾਰ ਲਈਏ ਉਹਨਾਂ ਨੇ ਉਹਨਾਂ ਨੇ ਆਪਦੀ ਮੀਟਿੰਗ ਰੱਖਤੀ 22 22 ਬਰੋਬਰ ਹੀ ਰੱਖੀ ਸੀਗੀ ਉਹਨਾਂ ਨੇ ਅੱਛਾ ਇੱਕ ਚੀਜ਼ ਹੋ ਰਹੀ ਆ ਕਿ ਬਸਪਾ ਵਾਲਿਆਂ ਨੇ ਦੱਸ ਦਿਆ ਹੁਣ ਪਤਾ ਨਹੀਂ ਕਿੰਨੀ ਕੁ ਇਹਦੇ ਵਿੱਚ ਸੱਚਾਈ ਆ ਬਸਪਾ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤਾ ਸੀਗਾ ਕਿ ਆਪਾਂ ਦੂਸਰੀਆਂ ਧਿਰਾਂ ਨੂੰ ਕਾਲ ਕਰਕੇ ਛੋਟੀਆਂ ਧਿਰਾਂ ਨੂੰ ਮਹਾਗਠ ਜੋੜ ਬਣਾ ਲਈਏ ਪੰਜਾਬ 'ਚ ਮਤਲਬ ਕਿ ਜੇ ਸੀਪੀਆਈ ਜਾਂ ਸੀਪੀਆਈਐਮ ਹੈ ਕਾਮਰੇਡਾਂ ਦੀ ਵੋਟ ਹੈਗੀ ਹੈ ਨਾ ਕੁਝ ਹਲਕਿਆਂ 'ਚ ਵਾਵਾ ਸਰ ਰੱਖਦੀ ਆ ਵੋਟ ਜ਼ਿਆਦਾ ਤਾਂ ਨਹੀਂ ਰਹੀ ਹੁਣ ਪਰ ਫਿਰ ਵੀ ਹੈਗੀ ਆ ਜਿੱਦਾਂ ਵੀ ਉਹ ਜਿਹੜੇ ਲੈਫਟਿਸਟ ਹੈ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਸਕਦੇ ਆ ਕਿ ਆਪਾਂ ਮਹਾਗੱਠ ਜੋੜ ਬਣਾ ਲਈਏ ਤੇ ਦੱਸਦੇ ਆ ਕਿ ਉਸ ਪ੍ਰਪੋਜ਼ਲ ਤੇ ਵੀ ਅਕਾਲੀ ਜਿਹੜੇ ਆ ਉਹ ਸਹਿਮਤ ਨਹੀਂ ਹੋਏ ਸੈੱਟ ਨਹੀਂ ਹੋਏ ਇਹਨਾਂ ਨੂੰ ਉਮੀਦ ਇਹ ਸੀਗੀ ਕਿ ਕੁਝ ਵੱਡਾ ਹੋ ਜਾਏਗਾ ਕੁਝ ਨਾ ਕੁਝ ਫੈਂਸ ਲੈ ਜਿਹੜੇ ਆ ਉਹ ਹਮੇਤਸ਼ਾ ਲੈ ਲੈਣਗੇ ਪਰ ਨਹੀਂ ਲੈ ਫੈਂਸ ਉਹਨਾਂ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕੱਲ ਇਹ ਗੱਲ ਵਾਰ-ਵਾਰ ਜ਼ੋਰ ਦੇ ਕੇ ਕਹੀ ਸੀਗੀ ਕਿ ਅਮਿਤ ਸ਼ਾਹ ਹੋਰੀ ਆਪਣੀ ਜਿਹੜੀ ਹੈ ਨਾ ਗੁਣਾ ਗਣਿਤ ਜੋ ਵੀ ਹੈ ਉਹ ਸਾਰੇ ਦੇਸ਼ਤੀ ਸਾਹਮਣੇ ਰੱਖ ਕੇ ਕਰਨਗੇ ਜੀ ਆਉਂਦਾ ਨੇ ਓਵਰਆਲ ਦੇਖਣਾ ਹੈ ਕਿ ਬਾਈ ਗੇਮ ਕਿਹੜੇ ਪਾਸੇ ਜਾਂਦੀ ਹੈ ਕਿਹੜੇ ਪਾਸੇ ਸਾਨੂੰ ਕਿੱਥੇ ਨਹੀਂ ਫਸੇ ਮੈਨੂੰ ਇੱਕ ਸਟੇਟ ਗਿਣਾ ਦਿਓ ਚਲੋ ਯੂਪੀ ਚ ਥੋੜਾ ਬਹੁਤਾ ਹੈਗਾ ਇਹਨਾਂ ਨੂੰ ਆ ਜਾਏਗਾ ਪਰ ਇਸ ਤੋਂ ਇਲਾਵਾ ਤੁਸੀਂ ਕੋਈ ਸਟੇਟ ਕੱਢ ਕੇ ਦੇਖ ਲਓ ਜਿੱਥੇ ਅੱਜ ਭਾਜਪਾ ਨਹੀਂ ਫਸਿਆ ਮੋਤਾ ਦਿਗਲੀ ਚ ਵੀ ਬਹੁਤ ਮੁਸ਼ਕਲ ਹਾਲਾਤ ਬਣਾ ਦਿੱਤੇ ਆ ਜੋ ਮਰਜ਼ੀ ਕਰੋ ਤੁਸੀਂ ਜਿਸ ਤਰ੍ਹਾਂ ਇਹ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਇਹ ਆਮ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਇਸ ਗੱਲ ਨੂੰ ਚਿਚੜਾ ਪੂਰੇ ਚੰਬੜ ਜਾਂਦੇ ਮੁੱਦੇ ਨੂੰ ਤਾਂ ਤੁਹਾਡੇ ਸਾਹਮਣੇ ਵੇਖ ਲਓ ਰੋਜ ਭਾਜਪਾ ਵਾਲਿਆਂ ਨੇ ਅੱਜ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਬਰੋਬਰ ਨਾਲ ਦੀ ਨਾਲ ਹੀ ਕੋਈ ਆ ਸੱਚ ਇਹ ਵੀ ਕੰਮ ਹੈ ਮਿੰਟੂ ਜੀ ਇਧਰਲੇ ਪੱਸੇ ਵੀ ਹੋਣਾ ਸੀ ਮੈਂ ਕਿਹਾ ਵੀ ਇਧਰੇ ਪੱਸੇ ਚਲੋ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਤੇ ਚਲੋ ਪ੍ਰੋਟੈਸਟ ਕਰਨੀ ਕਰਨਾ ਵੀ ਆ ਬਾਈ ਸਾਡਾ ਸੁਪਰੀਮ ਕੋਰਟ ਜਿਹੜਾ ਫੜ ਲਿਆ ਬਾਈ ਉਹ ਜਾਇਜ਼ ਨਹੀਂ ਹੈ ਚਲੋ ਉਹ ਕਹਿੰਦੇ ਕਿ ਸਾਡੇ ਨੇ ਧੱਕੇਸ਼ਾਹੀ ਹੁੰਦੀ ਪਈ ਆ ਇਧਰੋਂ ਭਾਜਪਾਲੇ ਵੀ ਚਲੇਗੇ ਉਹ ਕਹਿੰਦੇ ਕਿ ਅਸੀਂ ਕੇਜਰੀਵਾਲ ਦਾ ਅਸਤੀਫਾ ਲੈਣਾਗਾ ਉਹਨਾਂ ਦੇ ਵੀ ਮੈਂ ਤਾਂ ਮੈਨੂੰ ਇਹ ਸੀ ਮੈਂ ਕਿਹਾ ਚਲੋ ਕੱਲੇ ਆਮ ਆਦਮੀ ਪਾਰਟੀ ਵਾਲੇ ਵਾਰੈਂਟੀਆਂ ਦੇ ਵਿਚਾਰਾਂ ਦੇ ਡਾਂਗੜ ਤੇ ਤਮਾਸ਼ਾ ਕੀ ਅਹੀਂ ਤੇ ਤੁਹਾਡੇ ਵਿਰੋਧੀਆਂ ਨੂੰ ਸਾਂਭਣ ਡਿਆ ਉਹ ਤੋਂ ਤੁਸੀਂ ਵੀ ਆ ਗਏ ਜੀ ਉਹਨਾਂ ਨੇ ਤੇਲ ਲਾਇਆ ਰੂਲਾ ਨੂੰ ਮਗਲ ਕਾ ਚੰਗੇ ਉਹਨਾਂ ਨੇ ਬੈਂਤ ਮਾਰੇ ਇਹਨਾਂ ਦੇ ਵਜੇ ਆ ਬਾਛੜਾ ਮੁੱਛੜਾ ਪਈਆਂ ਨੇ ਵੀ ਹੁਣ ਕਰਨ ਕੀ ਦਿੱਲੀ ਪੁਲਿਸ ਵਾਲੇ ਉਧਰੋਂ ਪੰਜਾਬ ਵਾਲਿਆਂ ਨੇ ਚਲੇ ਜਾਣਾ ਕੱਤੀ ਨੂੰ ਚਲੋ ਠੀਕ ਹੈ ਬਈ ਰੈਸਲ ਹੁਣੀ ਜਰੂਰੀ ਵੀ ਕਿਉਂਕਿ ਹੋ ਸਕਦਾ ਕੱਲ ਨੂੰ ਸਰਕਾਰ ਨਾਵੇ ਤੁਹਾਨੂੰ ਪ੍ਰੋਟੈਸਟ ਕਰਨਾ ਪਵੇ ਰੈਸਲ ਹੁਣੀ ਤੁਹਾਨੂੰ ਇਹ ਪੰਜਾਬ ਵਾਲਿਆਂ ਨੂੰ ਮੜਾ ਜਾ ਸੁਚੇਤ ਕਰਦੀ ਹੈ ਕਿ ਢਾਂਗ ਉੱਥੇ ਬੜੀ ਚੱਲਣ ਢਈ ਹੈ ਜਿਹੜਾ ਅੱਜ ਮਾਹੌਲ ਕਰ ਮੈਂ ਨਾ ਉਹਨਾਂ ਭਾਜਪਾ ਵਾਲੇ ਵੀ ਚੰਗੇ ਛੁਲਕੇ ਆ ਬਈ ਦੇਖ ਕੇ ਜਾਇਓ ਬਾਕੀ ਤੁਹਾਡੀ ਉਹ ਭਾਜਪਾ ਵਾਲੇ ਕਹਿੰਦੇ ਵੀ ਅਸਤੀਫਾ ਦਿਓ ਜੀ ਤੇ ਮੈਂ ਕਿਹਾ ਤੁਸੀਂ ਉਹੀ ਜਿਹੜੇ ਕੁਲਦੀਪ ਸੇਂਗਰ ਦੇ ਹੱਕ ਦੇ ਵਿੱਚ ਆਗੇ ਸੀਗੇ ਉਸ ਟਾਈਮ ਤੇ ਇਧਰ ਵੀ ਸੇਂਗਰ ਬਲਾਤਕਾਰ ਦੇ ਕੇਸ ਦੇ ਵਿੱਚ ਸਜ਼ਾ ਿਆਫਤਾ ਹੈ ਜੀ ਸ਼ੁਰੂਆਤ ਦੇ ਵਿੱਚ ਇਹ ਨਾਲ ਖਲੋਗੇ ਸਾਂ ਤੇ ਸੰਦੀਪ ਸਿੰਘ ਤੋਂ ਕਿਹੜਾ ਅਸਤੀਵਾਲਿਆ ਸੀ ਬਾਅਦ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੰਦੀਪ ਸਿੰਘ ਤੇ ਚਲੋ ਅੰਦਰ ਨਹੀਂ ਗਿਆ ਜੀ ਆ ਵੈਸੇ ਗੱਲ ਕਰਦੇ ਇਲਜ਼ਾਮ ਤਾਂ ਲੱਗੇ ਸੀ ਉਹਨਾਂ ਤੇ ਵੀ ਇਹ ਕਹਿੰਦੇ ਕਿ ਬਤੌਰ ਕੋਈ ਚੀਫ ਮਨਿਸਟਰ ਯਾਰ ਜੇਲ੍ਹ ਦੇ ਵਿੱਚ ਬੈਠਾ ਕਿਵੇਂ ਕੰਮ ਕਰ ਚਲਾ ਸਕਦਾ ਸਰਕਾਰ ਚਲਾ ਸਕਦਾ ਭਾਈ ਹੁਣ ਇਹ ਤੇ ਸੰਵਿਧਾਨ ਕੋਲ ਜਾਓ ਤੁਸੀਂ ਸੰਵਿਧਾਨ ਨੂੰ ਪੁੱਛੋ ਜੇ ਸੰਵਿਧਾਨ ਸਾਇਲੈਂਟ ਹੈ ਤੇ ਕੋਰਟ ਚ ਜਾਓ ਐਵੇਂ ਬੱਸੋ ਤੇ ਤੁਹਾਨੂੰ ਪਤਾ ਹਲਾ ਲਾਲਾ ਹਲਾ ਲਾਲਾ ਇਹ ਇਹੀ ਹੈ ਕਿ ਬਰਾਬਰੀ ਦਾ ਮੈਚ ਬਣਾ ਦਿਆ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੇਜਰੀਵਾਲ ਨੇ ਗ੍ਰਿਫਤਾਰੀ ਨੂੰ ਈਵੈਂਟ ਬਣਾ ਦੇਣਾ ਤੁਹਾਡੇ ਸਾਹਮਣੇ ਅੱਜ ਫੇਰ ਉਹ ਰੁਕਾ ਜਾ ਕੱਢ ਕੇ ਆ ਕੇ ਕਹਿੰਦੇ ਜੀ ਕੇਜਰੀਵਾਲ ਨੇ ਇੱਕ ਨਵਾਂ ਦੇਸ਼ ਜਾਰੀ ਕਰ ਦਿੱਤਾ ਉਹ ਕਹਿੰਦੇ ਜੀ ਮੈਂ ਬਹੁਤ ਦੁਖੀ ਹਾਂ ਇੱਥੇ ਬੈਠਾ ਸੈਲ ਦੇ ਵਿੱਚ ਯਾਰ ਦਵਾਈਆਂ ਹੈ ਨਹੀਂ ਸੀਸੀਟੀਵੀ ਤੇ ਨਹੀਂ ਚੱਲ ਰਿਹਾ ਕਿਤੇ ਉਹਨਾਂ ਦੇ ਸਾਹਮਣੇ ਹਵਾਲਾਤ ਦੇ ਵਿੱਚ ਸੈਲ ਚ ਪਤਾ ਉਹ ਕਹਿੰਦੇ ਬਈ ਦਵਾਈਆਂ ਦਿਓ ਕੀ ਕਰਨ ਦਾ ਜੇ ਮੌਰਿਓ ਟੁੱਟ ਕੇ ਪਾਉ ਕਮਾਂ ਨੂੰ ਉਹ ਤੇ ਭੱਜ ਪਾ ਲੈ ਉਹਨੂੰ ਲੱਗਦਾ ਵੀ ਚਲੋ ਲਗਦਾ ਹੋਊਗਾ ਫਰਜ਼ੀ ਪਰ ਜਿਸ ਸਾਹਮਣੇੋਂ ਅਪੀਲ ਕਰ ਰਹੇ ਨੇ ਉਹ ਤਾਂ ਲੱਗਦਾ ਜਿਵੇਂ ਨਾਲ ਹੀ ਬੈਠੇ ਹੁੰਦੇ ਆ ਭਾਈ ਤੁਸੀਂ ਕੰਮ ਕਰੋ ਭਾਈ ਮੈਂ ਦੁੱਖ ਨਹੀਂ ਦੇਖ ਸਕਦਾ ਦਿੱਲੀ ਵਾਲਿਆਂ ਦਾ ਵੀਰ ਬਣ ਕੇ ਕੰਮ ਕਰੋ ਖਿੱਚੋ ਕੰਮ ਦਵਾਈਆਂ ਦੀ ਕਿੱਲਤ ਹੋ ਗਈ ਆ ਪਾਣੀ ਦੀ ਕਿੱਲਤ ਹੋ ਗਈ ਆ ਇਹ ਲੈਟਰ ਬਤਾ ਨਹੀਂ ਕਿਵੇਂ ਨਿਕਲ ਰਹੇ ਆ ਪਤਾ ਨਹੀਂ ਕਿਵੇਂ ਚਿੱਠੀਆਂ ਬਾਹਰ ਆਈਆਂ ਕਿਵੇਂ ਦਿੱਲੀ ਪੁਲਿਸ ਉਹ ਤਾਂ ਦਿੱਲੀ ਪੁਲਸ ਵਾਲੇ ਜਾਣਦੇ ਹੋਣਗੇ ਕਹਿੰਦੇ ਕਿ ਕੀ ਕੀ ਅਸੀਂ ਤੁਹਾਨੂੰ ਦੁੱਖ ਦੱਸਗੇ ਅੱਛਾ ਚਿੱਠੀ ਜਿਹੜੀ ਆ ਆਉਂਦੀ ਵੀ ਅੱਜ ਸੌਰਭਾਰ ਦਵਾਜ ਨੂੰ ਆ ਗਈ ਅੱਛਾ ਬੀਬੀ ਕੇਜਰੀਵਾਲ ਵੀ ਗਈ ਸੀ ਕੱਲ੍ਹ ਸ਼ਾਇਦ ਮਿਲਣ ਨੂੰ ਵੀ ਗਈ ਸੀ ਹੁਣ ਇਹ ਨਹੀਂ ਪਤਾ ਅਗਲੀ ਚਿੱਠੀ ਕੀ ਦੇ ਪਤਾ ਨਹੀਂ ਹੁਣ ਅਗਲੀ ਚਿੱਠੀ ਮੇਲੇ ਦਾ ਭਗਵੰਤ ਮਾਨ ਜੀ ਨੇ ਕਿਸ ਦਿਨ ਪੜ੍ਹ ਦੇਣਾ ਕਿ ਭਾਈ ਵਰਕਰਾਂ ਦੇ ਨਾਮ ਇੱਕ ਸੰਦੇਸ਼ ਆ ਗਿਆ ਹੁਣ ਅਪੀਲ ਆ ਗਈ ਆ ਵੀ ਚਲੋ ਭਾਈ ਕਾਰਾਂ-ਕੁਰਾਂ ਆਪਦੀਆਂ ਧੋਕੇ ਰੱਖ ਲਓ ਸਰਫ-ਸਰਫ ਮਾਰ ਕੇ ਲਿਸ਼ਕਾ ਕੇ ਝੰਡੇ ਲਾ ਲਓ ਜਾਣਾ ਆਪਾ ਜੇ ਹੁਣ ਕੋਈ ਨਹੀਂ ਆਇਆ ਤਾਂ ਇਹਨਾਂ ਕੋਲ ਗੁਜਰਾਤ 'ਚ ਵੀ ਹੈਗੇ ਐਮ.ਐਲ.ਏ ਹੋ ਸਕਦਾ ਉਹਨਾਂ ਨੂੰ ਵੀ ਚਿੱਠੀ ਭੇਜ ਦੇਣੇ ਕਦੀ ਕਿ ਲਓ ਭਾਈ ਤੁਹਾਡੇ ਜਿਹੜਾ ਤੇ ਸਾਰਿਆਂ ਨੂੰ ਇਹ ਵੇਖਿਓ ਤੁਸੀਂ ਦਿੱਲੀ 'ਚ 31 ਨੂੰ ਨਾ ਇਹ ਕਰਨਗੇ ਤੇ ਹੈ ਜੀ ਹਾਲਾਂਕਿ ਪ੍ਰਦਰਸ਼ਨ ਲਈ ਕੀ ਉਹ ਅਲਾਉ ਕਰਨਗੇ ਕਿਉਂਕਿ ਕਿਸਾਨਾਂ ਨੇ ਮਹਾਂ ਰੈਲੀ ਕਰਨੀ ਸੀ ਤੁਹਾਨੂੰ ਯਾਦ ਆ ਤਾਂ ਉਹਦੇ ਵਾਸਤੇ ਫਾਰਮੈਲਿਟੀਜ਼ ਸੀਗੀਆਂ ਕਈ ਜੀ ਉਹ ਖਾਣਾ ਪੂਰਤੀਆਂ ਪੂਰੀਆਂ ਕਰਵਾਈਆਂ ਗਈਆਂ ਉਸ ਤੋਂ ਬਾਅਦ ਇਹਨਾਂ ਨੂੰ ਅਲਾਉ ਕੀਤਾ ਗਿਆ ਕੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਮਾਨ ਸਾਹਿਬ ਨਰਿੰਦਰ ਮੋਦੀ ਹੋਰੀ ਅਲਾਉ ਕਰਨਗੇ ਨਰਿੰਦਰ ਮੋਦੀ ਵੀ ਛੱਡ ਗਈ ਐਸ ਟਾਈਮ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੱਥ ਚ ਹੈ ਵਾਕ ਡੋਲ ਪ੍ਰਸ਼ਾਸਨ ਜਿਹੜਾ ਤਗੜਾ ਚਲੋ ਇਹਨਾਂ ਦੇ ਹੱਥ ਵੀ ਪ੍ਰਸ਼ਾਸਨ ਹੈ ਉੱਥੇ ਅਧ ਪਚਦਾ ਪਰ ਜੇ ਆਪਾਂ ਦੇਖੀਏ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਤਾਂ ਉਦੋਂ ਚਲੋ ਠੀਕ ਹੈ ਸਰਕਾਰ ਜਿਹੜੀ ਆ ਉਹ ਇੱਕ ਨਾ ਮਾਤਰ ਦੀ ਰਹਿ ਜਾਂਦੀ ਆ ਪਰ ਦੂਜੇ ਪਾਸੇ ਕੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹਦੇ ਬਾਰੇ ਸਭ ਨੂੰ ਪਤਾ ਕੋਈ ਪਰਦਾ ਨਹੀਂ ਹੈਗਾ ਉਹ ਵੀ ਸਰਕਾਰ ਦਾ ਹੀ ਹਿੱਸਾ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਖੁਦਮਖਤਿਆਰੀ ਉਹਦੀ ਵੀ ਅੱਜਕੱਲ ਖਤਮ ਹੋਈ ਪਈ ਹੈ ਕਿ ਉਹ ਅਲਾਓ ਕਰੇਗਾ 44 ਵਗੈਰਾ ਨਹੀਂ ਲਾਉਣਗੇ ਜੀ 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 ਇਹ ਵੱਡਾ ਦੇਖਣ ਵਾਲਾ ਮਾਮਲਾ ਹੈ ਜੀ ਜੀ ਵਿਜੇ ਬਾਂਸਲ ਜੀ ਕਹਿੰਦੇ ਜੇਲ੍ਹ ਤਾਂ ਭੇਜਿਆ ਨਹੀਂ ਚਿੱਟੀਆਂ ਜੇਲ੍ਹ ਚੋਂ ਬਾਹਰ ਵੀ ਆਉਣ ਲੱਗ ਪਈਆਂ ਵੀ ਚਲੋ ਈਡੀ ਕਸਟਡੀ ਚ ਆਉਂਦੀਆਂ ਪੰਗਾਂ ਨੇ ਬਾਈ ਇੱਕ ਵਾਰੀ ਤਾਂ ਪਹਾ ਉਹ ਵਾਲ ਬੱਕਰੀਏ ਕਿ ਕਈ ਵਾਰੀ ਤੁਸੀਂ ਕਹਦੇ ਨਹੀਂਓ ਕਿ ਬਾਈ ਜਾਂ ਇਹਨਾਂ ਦੇ ਬੰਦੇ ਕਹਿੰਦੇ ਨੇ ਲੀਡਰ ਕਹਿੰਦੇ ਨੇ ਕਿ ਬਾਈ ਜੇਲ੍ਹ ਦੇ ਵਿੱਚੋਂ ਚਿੱਠੀ ਆਈ ਹੈ